ਮਜ਼ਹਰ ਇਬੜੋ ਦੀ ਕਹਾਣੀ ਹੈ ਸ਼ੀਸ਼ੇ ਦਾ ਪੈ ਮੈਂ ਕਾਫੀ ਅਰਸੇ ਤੋਂ ਸ਼ੀਸ਼ਾ ਦੇਖਣਾ ਬੰਦ ਕੀਤਾ ਹੋਇਆ ਹੈ ਕਿਉਂਕਿ ਸੱਚ ਬੋਲਣ ਤੋਂ ਬਾਜ਼ ਨਹੀਂ ਆਉਂਦਾ ਸ਼ੀਸ਼ਾ ਅੱਜਕੱਲ ਮੈਨੂੰ ਇਹ ਕਹਿ ਕਹਿ ਡਰਾਉਣ ਲੱਗ ਪਿਆ ਹੈ ਕਿ ਤੂੰ ਬੁੱਢੀ ਹੋ ਗਈ ਹੈ ਤੇਰੇ ਕਾਲੇ ਰੇਸ਼ਮੀ ਵਾਲ ਚਾਂਦੀ ਦੀਆਂ ਤਾਰਾਂ 'ਚ ਤਬਦੀਲ ਹੋ ਚੁੱਕੇ ਨੇ ਤੇਰੀਆਂ ਝੀਲ ਵਰਗੀਆਂ ਅੱਖਾਂ ਦੁਆਲੇ ਕਾਲੇ ਘੇਰੇ ਦਿਸਣ ਲੱਗ ਪਏ ਨੇ ਤੇਰਾ ਗੁਲਾਬੀ ਚਿਹਰਾ ਇੰਝ ਝੁੱਲਸ ਗਿਆ ਹੈ ਕਿ ਦੁਨੀਆਂ ਦੀ ਕੋਈ ਵੀ ਕਰੀਮ ਜਾਂ ਪਾਊਡਰ ਉਹਦੀਆਂ ਝੁਰੜੀਆਂ ਨੂੰ ਨਹੀਂ ਚੁਪਾ ਸਕਦਾ ਹੁਣ ਮੈਨੂੰ ਸ਼ੀਸ਼ੇ ਸਾਹਮਣੇ ਬੈਠਦੇ ਆ ਭੈ ਆਉਂਦਾ ਹੈ ਸੋਚਦੀਆਂ ਕਿ ਸ਼ੀਸ਼ਾ ਤਾਂ ਉਹੀ ਹੈ ਜਿਹੜਾ ਕਦੀ ਮੇਰੇ ਰੂਪ ਦੀ ਤਾਰੀਫ਼ ਚ ਜ਼ਮੀਨ ਅਸਮਾਨ ਇਕ ਕਰ ਦਿੰਦਾ ਸੀ ਜਿਹਦੇ ਸਾਹਮਣੇ ਮੈਂ ਘੰਟਿਆਂ ਬੱਧੀ ਬੈਠੀ ਰਹਿੰਦੀ ਸਾਂ ਪਰ ਇੱਕ ਛਿੰਨ ਲਈ ਵੀ ਇਹਦੀਆਂ ਗੱਲਾਂ ਤੋਕ ਤਾਹਟ ਮਹਿਸੂਸ ਨਹੀਂ ਸੀ ਹੁੰਦੀ ਉਨਿਹ ਦਿਨਾਂ ਇਹ ਸ਼ੀਸ਼ੇ ਦਾ ਖਿਆਲ ਸੀ ਕਿ ਮੈਂ ਜਈ ਸ਼ਮਾ ਵਾਂਗਾ ਜੋ ਜਿੱਥੇ ਹੋਏ ਉੱਥੇ ਚਾਨਣ ਤੇ ਖੁਸ਼ੀਆਂ ਪਸਰੀਆਂ ਰਹਿਣਗੀਆਂ ਕਦੀ ਇਹ ਸ਼ੀਸ਼ਾ ਧੀਮੀ ਵਾਸਤੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਹੁਸਨ ਦੀ ਮਹਿਮਾ ਤਦ ਤੱਕ ਨਹੀਂ ਹੁੰਦੀ ਜਦ ਤੱਕ ਉਹਦਾ ਕੋਈ ਪੁਜਾਰੀ ਨਾ ਹੋਏ ਸ਼ੀਸ਼ਾ ਨਾ ਪਹਿਲਾਂ ਝੂਠ ਬੋਲਦਾ ਸੀ ਨਾ ਹੀ ਅੱਜ ਸੱਚ ਦੇ ਖਿਲਾਫ ਹੈ ਫਰਕ ਸਿਰਫ ਇਹੀ ਹੈ ਕਿ ਪਹਿਲਾਂ ਮੈਨੂੰ ਇਹਦੇ ਸਾਹਮਣੇ ਆਉਂਦਿਆਂ ਖੁਸ਼ੀ ਮਹਿਸੂਸ ਹੁੰਦੀ ਸੀ ਤੇ ਅੱਜ ਇਹਦੇ ਨੇੜੇੋਂ ਲੰਘਦਿਆਂ ਭੈ ਮਹਿਸੂਸ ਹੁੰਦਾ ਮੈਂ ਜਾਣਦੀ ਆ ਮੇਰੇ ਹੁਸਨ ਦੀ ਮਹਿਮਾ ਨਹੀਂ ਹੋ ਸਕੀ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਹੁਸਨ ਦੇ ਕਿਸੇ ਪੁਜਾਰੀ ਨੂੰ ਵੜਨ ਦੀ ਇਜਾਜ਼ਤ ਨਹੀਂ ਦਿੰਦੀ ਮੰਨਦੀ ਆ ਮੇਰੀ ਗਲਤੀ ਹੈ ਮੈਂ ਛੇ ਦੀ ਗੱਲ ਤੇ ਧਿਆਨ ਨਹੀਂ ਦਿੰਦਾ ਪਰ ਹੁਣ ਇਹਦੀਆਂ ਕੌੜੀਆਂ ਕਸੈਲੀਆਂ ਗੱਲਾਂ ਬਰਦਾਸ਼ਤ ਕਰਨ ਦੀ ਹਿੰਮਤ ਵੀ ਮੇਰੇ 'ਚ ਨਹੀਂ ਰਹੀ ਇਹ ਸੱਚਾਈ ਹੈ ਕਿ ਮੈਂ ਕਾਤਲਾਂ ਆਪਣੇ ਆਰਮਾਨਾਂ ਤੇ ਆਪਣੀਆਂ ਤਮੰਨਾਵਾਂ ਦੀ ਉਹ ਇਸ ਲਈ ਕਿ ਮੈਂ ਆਪਣੀਆਂ ਤਮੰਨਾਵਾਂ ਦੇ ਕਤਲੇਆਮ ਸਮੇਂ ਕੁਝ ਨਾ ਕਰ ਸਕੇ ਬੋਲਣ ਦੀ ਸਲਾਈਅਤ ਹੋਣ ਦੇ ਬਾਵਜੂਦ ਵੀ ਮੈਂ ਚੁੱਪ ਰਹੀ ਸ਼ਾਇਦ ਇਹ ਹੀ ਮੇਰੀ ਬਚਪਨ ਦੀ ਨਾਦਾਨੀ ਸੀ ਫਿਰ ਵੀ ਮੈਂ ਆਪਣੇ ਆਰਮਾਨਾਂ ਦੇ ਕਤਲ 'ਚ ਖੁਦ ਨੂੰ ਹਿੱਸੇਦਾਰ ਸਮਝਦੀ ਆਂ ਸਮਾਜ ਦਾ ਕਾਨੂੰਨ ਮੈਨੂੰ ਬੇਸ਼ੱਕ ਬੇਗੁਨਾਹ ਸਮਝੇ ਪਰ ਸ਼ੀਸ਼ੇ ਨੇ ਮੈਨੂੰ ਦੋਸ਼ੀ ਬਣਾ ਦਿੱਤਾ ਤੇ ਮੈਂ ਜਾਣਦੀ ਆਂ ਸ਼ੀਸ਼ੇ ਨਾਲੋਂ ਵੱਡਾ ਹੋਰ ਕੋਈ ਜੱਜ ਨਹੀਂ ਹੋ ਸਕਦਾ ਸ਼ੀਸ਼ਾ ਜੋ ਕੁਝ ਕਹਿੰਦਾ ਉਹ ਸੱਚ ਹੈ ਜੇ ਮੈਨੂੰ ਮੁਜਰਮ ਆਖ ਰਿਹਾ ਤਾਂ ਮੈਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦੀ ਮੈਂ ਸ਼ੀਸ਼ੇ ਸਾਹਮਣੇ ਖਲੋ ਕੇ ਝੂਠ ਨਹੀਂ ਬੋਲ ਸਕਦੀ ਸ਼ੀਸ਼ਾ ਸਭ ਸੱਚ ਆਖਦਾ ਹੈ ਸੱਚ ਦੇਖਦਾ ਹੈ ਸੱਚ ਦਿਖਾਉਂਦਾ ਹੈ ਮੇਰਾ ਜਨਮ ਵਡੇਰੇ ਖਾਨਦਾਨ 'ਚ ਹੋਇਆ ਘਰ ਵਾਲਿਆਂ ਦੀ ਲਾਡਲੀ ਵੀ ਬਹੁਤ ਸੀ ਬਚਪਨ ਤੋਂ ਹੀ ਮੇਰੇ ਨਾਜ਼ ਨਖਰੇ ਵੀ ਬਹੁਤ ਚੱਲਦੇ ਸੀ ਜਿਸ ਕਰਕੇ ਮੇਰੇ 'ਚ ਬਚਪਨ ਤੋਂ ਹਉਮੈ ਪੈਦਾ ਹੋ ਗਈ ਮੇਰੇ ਮਾਂ-ਬਾਪ ਹਮੇਸ਼ਾ ਮੇਰੀ ਹਰ ਖਾਹਸ਼ ਪੂਰੀ ਕਰਦੇ ਰਹੇ ਪਰ ਮੇਰੀ ਜ਼ਿੰਦਗੀ ਦਾ ਸਭ ਤੋਂ ਐਮ ਫੈਸਲਾ ਆਪਣੀ ਮਰਜ਼ੀ ਨਾਲ ਕਰ ਦਿੱਤਾ ਉਦੋਂ ਮੈਂ ਵੀ ਫੈਸਲੇ ਦਾ ਵਿਰੋਧ ਨਹੀਂ ਸੀ ਕੀਤਾ ਤਦ ਤੱਕ ਮੈਨੂੰ ਜਵਾਨੀ ਦਾ ਅਰਥ ਪਤਾ ਨਹੀਂ ਸੀ ਜਿਸ ਕਰਕੇ ਮੇਰੇ ਮਾਂ-ਬਾਪ ਨੇ 15 ਸਾਲ ਦੀ ਉਮਰ 'ਚ ਕੁਰਾਨ ਨਾਲ ਮੇਰਾ حق بخشوا ਦਿੱਤਾ ਸੀ ਉਸਨੂੰ ਖਾਸ ਤੌਰ ਤੇ ਜੀਵਰਾਂ ਤੇ ਕੀਮਤੀ ਕੱਪੜਿਆਂ ਨਾਲ ਸਜਾਇਆ ਗਿਆ ਸੀ ਮੇਰਾ ਆਮ ਨਾਲੋਂ ਵੱਧ ਖਿਆਲ ਰੱਖਿਆ ਗਿਆ ਸੀ ਉਸਨੂੰ ਮੈਂ ਖੁਦ ਨੂੰ ਬੜੀ ਅਹਿਮ ਸਮਝ ਰਹੀ ਸਾਂ ਉਸੇ ਦਿਨ ਤੋਂ ਸ਼ੀਸ਼ੇ ਨਾਲ ਮੇਰੀ ਦੋਸਤੀ ਪੱਕੀ ਹੋ ਗਈ ਸੀ ਉਤੋਂ ਪਹਿਲਾਂ ਵੀ ਮੈਂ ਸ਼ੀਸ਼ਾ ਦੇਖਦੀ ਹੁੰਦੀ ਸਾਂ ਪਰ ਸਾਡੀ ਗੱਲਬਾਤ ਸਿਰਫ ਜਾਣ ਪਛਾਣ ਤੋਂ ਅੱਗੇ ਨਹੀਂ ਸੀ ਵਧੀ ਕੁਰਾਨ ਨਾਲ ਮੇਰੀ ਹੱਕ ਬਖਸ਼ਾਈ ਵਾਲੇ ਦਿਨ ਸ਼ੀਸ਼ੇ ਨੇ ਮੇਰੇ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ ਉਨੇ ਮੇਰੇ ਪਿਆਰੇ ਪਿਆਰੇ ਨੈਣ ਨਕਸ਼ਤੇ ਬਣਾ ਸ਼ਿੰਗਾਰ ਦੀ ਬੜੀ ਤਾਰੀਫ ਕੀਤੀ ਤੇ ਸ਼ਰਾਰਤੀ ਲਹਿਜੇ ਚ ਫਸਫਸਾਇਆ ਮੈਂ ਅੱਜ ਤੱਕ ਤੇਰੇ ਜਨੇ ਖੂਬਸੂਰਤ ਕੁੜੀ ਕਦੀ ਨਹੀਂ ਦੇਖੀ ਉਸ ਦਿਨ ਤੇ ਸ਼ੀਸ਼ਾ ਮੇਰਾ ਮਹਿਬੂਬ ਤੇ ਹਮਰਾਜ਼ ਬਣ ਗਿਆ ਉਹ ਕਈ ਗੱਲਾਂ ਮੈਨੂੰ ਇਸ਼ਾਰਿਆਂ ਨਾਲ ਸਮਝਾ ਦਿੰਦਾ ਸੀ 16 ਸਾਲ ਦੀ ਉਮਰ ਤੱਕ ਮੈਂ ਸ਼ੀਸ਼ੇ ਤੋਂ ਕਾਫੀ ਕੁਝ ਸਿੱਖ ਚੁੱਕੀ ਸੀ ਘਰ ਚ ਹਰ ਕੋਈ ਮੈਨੂੰ ਚਾਹੁੰਦਾ ਸੀ ਮੇਰੇ ਮੂੰਹ ਨਿਕਲੀ ਹਰ ਗੱਲ ਪੱਥਰ ਦੀ ਲਕੀਰ ਹੁੰਦੀ ਸੀ ਮੈਂ ਹਰ ਮਾਮਲੇ ਚ ਖੁਦ ਮੁਖਤਿਆਰ ਸੀ ਸਾਰੇ ਮੈਨੂੰ ਮੋਹ ਕਰਦੇ ਸਨ ਫਿਰ ਵੀ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ ਰਹਿੰਦੀ ਸੀ ਸ਼ੀਸ਼ੇ ਸਾਹਮਣੇ ਖਲੋ ਕੇ ਇਹ ਅਹਿਸਾਸ ਜ਼ਿਆਦਾ ਵੱਜ ਜਾਂਦਾ ਸੀ ਮੇਰੇ ਜਿਸਮ ਦਾ ਜਾਇਜ਼ਾ ਲੈਣ ਪਿੱਛੋਂ ਸ਼ੀਸ਼ਾ ਮੈਨੂੰ ਕਹਿਣ ਲੱਗਦਾ ਤੈਨੂੰ ਪਿਆਰ ਕਰਨ ਲਈ ਬਣਾਇਆ ਗਿਆ ਹੈ ਅਗੋਂ ਮੈਂ ਜਵਾਬ ਚ ਉਹਨੂੰ ਕਹਿੰਦੀ ਇੰਨੇ ਸਾਰੇ ਲੋਕ ਤਾਂ ਮੈਨੂੰ ਪਿਆਰ ਕਰਦੇ ਨੇ ਮੈਨੂੰ ਹੋਰ ਕੀ ਚਾਹੀਦਾ ਹੈ ਮੇਰਾ ਇਹ ਜਵਾਬ ਸੁਣ ਕੇ ਸ਼ੀਸ਼ਾ ਠਾਕੇ ਲਾਉਣ ਲੱਗ ਪੈਂਦਾ ਜਿਵੇਂ ਕਹਿ ਰਿਹਾ ਹੋਵੇ ਇਹ ਪਿਆਰ ਕੀ ਕੋਈ ਪਿਆਰ ਹੈ ਕਮੀ ਸੀ ਕਿਸੇ ਹੋਰ ਗੱਲ ਦੀ ਕਮੀ ਜਿਹਨੂੰ ਮਹਿਸੂਸ ਤਾਂ ਕਰਦੀ ਸਾਂ ਪਰ ਸਮਝਣ ਪੱਖੋਂ ਨਾ ਸਮਝ ਸਾਂ ਸ਼ੀਸ਼ਾ ਸਿਰਫ ਇਸ਼ਾਰਿਆਂ ਸਹਿਨਤਾ ਤੋਂ ਕੰਮ ਲੈਂਦਾ ਸੀ ਉਪਰੇ ਪੰਦੀ ਕੰਧ ਢਾਕੇ ਖੁੱਲ ਕੇ ਕਦੀ ਵੀ ਕੁਝ ਨਹੀਂ ਸੀ ਕਹਿੰਦਾ ਤੇ ਫਿਰ ਸਮਾਂ ਬੀਤਦਾ ਗਿਆ ਹੌਲੀ ਹੌਲੀ ਸ਼ੀਸ਼ਾ ਵੀ ਮੇਰੇ ਨਾਲ ਵਧੇਰੇ ਖੁੱਲਦਾ ਗਿਆ ਇੱਥੋਂ ਤੱਕ ਕਿ ਮੇਰੀ ਅੱਖਾਂ 'ਚ ਸੁਰਖ ਡੋਰੇ ਦੇਖ ਕੇ ਕਦੀ-ਕਦੀ ਮੇਰੇ ਸਾਹਮਣੇ ਸ਼ੇਰ ਵੀ ਗੁੰਗੜਾਉਣ ਲੱਗਦਾ ਉਦੋਂ ਮੈਂ ਸ਼ਰਮ ਨਾਲ ਲਾਲ ਸੋਈ ਹੋ ਜਾਂਦੀ ਜਿਹੜੀ ਕਮੀ ਕੁਝ ਅਰਸਾ ਪਹਿਲਾਂ ਮੈਨੂੰ ਇਸ਼ਾਰਿਆਂ ਸਹਿਨਤਾ ਨਾਲ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਆਖਰਕਾਰ ਉਹਨੇ ਸਪਸ਼ਟ ਤੌਰ ਤੇ ਦੱਸ ਦਿੱਤੀ ਪਰ ਉਦੋਂ ਤੱਕ ਮੇਰੀ ਸੋਚ ਤੇ ਮੇਰਾ ਵਜੂਦ ਸਿਰਫ ਕੁਰਾਨ ਸ਼ਰੀਫ ਲਈ ਸੀਮਤ ਹੋ ਚੁੱਕਿਆ ਸੀ ਮੈਂ ਕੁਰਾਨ ਦੀ ਲਾੜੀ ਸੀ ਇਸ ਲਈ ਆਪਣੇ ਵਰਗੇ ਕਿਸੇ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਦੀ ਕਲਪਨਾ ਵੀ ਮੇਰੇ ਲਈ ਗੁਨਾਹ ਸੀ ਸ਼ੀਸ਼ਾ ਮੈਨੂੰ ਵਰਗ ਲਾਉਂਦਾ ਰਹਿੰਦਾ ਪਰ ਮੈਂ ਉਹਨੂੰ ਅਨਡਿਟ ਕਰਦੀ ਰਹਿੰਦੀ ਦਨ ਹਫ਼ਤੇ ਮਹੀਨੇ ਸਾਲਾਂ ਤੇ ਦਹਾਕਿਆਂ 'ਚ ਬਦਲਦੇ ਰਹੇ ਤੇ ਸਮੇਂ ਦੇ ਨਾਲ-ਨਾਲ ਮੈਂ ਵੀ ਬਦਲਦੀ ਰਹੀ 30 ਵਰਿਆਂ ਦੀ ਸੀ ਤਾਂ ਵੀ ਚੰਗੀਆਂ ਭਲੀਆਂ ਔਰਤਾਂ ਨਾਲੋਂ ਖੂਬਸੂਰਤ ਸਮਝੀ ਜਾਂਦੀ ਮੇਰੇ ਸਾਹਮਣੇ 16 ਤੇ 18 ਸਾਲਾਂ ਮਟਿਆਰਾਂ ਵੀ ਆਪਣੇ ਆਪ ਨੂੰ ਊਣੀਆਂ ਸਮਝਦੀਆਂ ਮੇਰੇ ਤੇ ਉਹ ਉਹੀ ਜੋਬਨ ਵਾਲਾ ਰੰਗ ਤਾਜ਼ਗੀ ਤੇ ਰੂਪ ਛਾਏ ਸਨ ਪਰ ਹੁਣ ਉਹ ਦਿਨ ਕਿੱਥੇ ਹੁਣ ਮੈਂ ਉਮਰ ਦੇ 42 ਸਾਲ ਪਿੱਛੇ ਛੱਡ ਆਈਆਂ ਤੇ ਜਦੋਂ ਸਾਰੇ ਆਸਰੇ ਤੱਜ ਚੁੱਕੀਆਂ ਸ਼ੀਸ਼ੇ ਨੇ ਮੇਰੇ ਅੰਦਰ ਪਛ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਹਿੰਦਾ ਮੈਂ ਬੁੱਢੀ ਹੋ ਗਈਆਂ ਮੇਰੇ ਕਾਲੇ ਰੇਸ਼ਮੀ ਵਾਲ ਚਾਂਦੀ ਦੀਆਂ ਤਾਰਾਂ ਵਰਗੇ ਹੋ ਗਏ ਨੇ ਮਰੀਆਂ ਝੀਲ ਵਰਗੀਆਂ ਅੱਖਾਂ ਦੇ ਗਿਰਦ ਕਾਲੇ ਘੇਰੇ ਬਣ ਗਏ ਨੇ ਤੇ ਗੁਲਾਬੀ ਗੱਲਾਂ ਇੰਨੀਆਂ ਝੁੱਲਸ ਗਈਆਂ ਨੇ ਕਿ ਦੁਨੀਆ ਦੀ ਕੋਈ ਕਰੀਮ ਜਾਂ ਪਾਊਡਰ ਉਹਨਾਂ ਦੀਆਂ ਝੁਰੜੀਆਂ ਨੂੰ ਛੁਪਾ ਨਹੀਂ ਸਕਦੇ ਤੇ ਮੈਂ ਜਾਣਦੀ ਹਾਂ ਸ਼ੀਸ਼ਾ ਕਦੇ ਵੀ ਝੂਠ ਨਹੀਂ ਬੋਲਦਾ ਧੰਨਵਾਦ ਸਮਾਪਤ